ਕਿਹੜੀਆਂ ਗੰਦੀਆਂ ਜਗ੍ਹਾ 'ਚ ਮੈਨੂੰ ਲਈ ਜਾ ਰਹੇ ਆ? ਨਹੀਂ ਹੁਣ ਤੇਰੇ ਲਈ ਤਾਜ ਮਹਿਲ ਪਹਿਲੇ ਪਵਾਵਾਂ ਤਾਂ ਕਿ ਤੂੰ ਉੱਥੇ ਜਾ ਕੇ ਟੁੱਟੀਆਂ ਠੀਕ ਕਰ। ਚਲੀ ਆ ਟੁੱਟੀ ਨਾ ਨਾ ਖਰਾਬ ਹੋਈ। ਹਾਂ ਕਿਆ ਕੋਠੀ ਛੱਡ ਦੇ ਬੋਲੋ। ਲਓ ਜੀ ਆ ਖਰਾਬ ਹੈ। ਮੁਬਾਰਕ ਹੋਵੇ। ਕਿਉਂ? ਮੌਸਮ ਕਿਹੜਾ ਜਾ ਰਿਹਾ? ਸਰਦੀ ਦਾ। ਸੱਜੇ ਪਾਸਿਓਂ ਕੀ ਆਉਂਦਾ? ਠੰਡਾ ਪਾਣੀ। ਅਤੇ ਖੱਬੇ ਪਾਸਿਓਂ? ਗਰਮ ਪਾਣੀ ਆ ਰਿਹਾ। ਇਹ ਵੀ ਠੀਕ ਹੈ। ਇਹ ਵੀ ਠੀਕ ਹੈ। ਅਤੇ ਖਰਾਬ ਕੀ ਹੈ? ਤੇਰਾ ਨਸੀਬ। ਉਹ ਜ਼ਿੰਦਾ ਹੀ ਹੋ ਕਿ ਮਰ ਗਏ ਹੋ? ਉਹ ਕੋ ਘਰ ਹੈ ਜੇ? ਕੀ ਭਾਈਜਾਨ ਕੋਈ ਘਰ? ਉਹ ਤੇਰਾ ਬੇੜਾ ਤਰਜੇ, ਤੇਰਾ ਮੂੰਹ ਤਾਂ ਕਲੇਜੇ ਨੂੰ ਪੈਂਦਾ। ਭਾਈ ਥੋੜ੍ਹਾ ਜਿਹਾ ਦੂਰ ਰਹਿ ਕੇ ਗੱਲ ਕਰ ਲਓ ਨਾ। ਮੈਨੂੰ ਕੀ ਪਤਾ ਸੀ ਧੌਣ ਤੇ ਤੂੰ ਇੰਜ ਕੱਢੀ ਗੇਟ ਦੇ ਉੱਤੋਂ ਜਿਵੇਂ ਮਾਲ ਗੱਡੀ 'ਚ ਖੋਤਾ ਵੇਖਦਾ। ਤੁਸੀਂ ਇਹ ਨਾ ਵੇਖੋ ਖੋਤਾ ਵੇਖਣ ਡਿਆ, ਤੁਸੀਂ ਇਹ ਵੇਖੋ ਖੋਤਾ ਕਿਹਨੂੰ ਵੇਖਣ ਡਿਆ। ਉਹ ਭਾਈਜਾਨ ਤੁਸੀਂ ਦਰਵਾਜ਼ਾ ਤੇ ਖੋਲੋ ਨਾ। ਪਰ ਕਾਹਦੇ ਲਈ ਖੋਲੋ? ਇਹ ਦਰਵਾਜ਼ਾ ਨਹੀਂ ਖੁੱਲਣਾ। ਨਹੀਂ ਖੁੱਲਣਾ? ਹਾਂ ਵਾਕਈ ਸਹੀ ਗੱਲ ਹੈ। ਜਿੰਨਾ ਇਹ ਮਜ਼ਬੂਤ ਹੈ ਨਾ, ਮੈਨੂੰ ਲੱਗਦਾ ਇਹ ਗੇਟ ਤੇ ਦੋਜ਼ਖ ਦਾ ਗੇਟ ਕਿਆਮਤ ਵਾਲੇ ਤੇ ਨਹੀਂ ਖੁੱਲਣਾ। ਇਹ ਤੇ ਦੋਜ਼ਖ ਦਾ ਗੇਟ ਜਦੋਂ ਖੁੱਲੇਗਾ ਤੇ ਫੇਰ ਹੀ ਤੁਹਾਡੀ ਫੈਮਿਲੀ ਅੰਦਰ ਜਾਏਗੀ। ਓਏ ਆ ਜਾ ਯਾਰ, ਸਵੇਰੇ ਸਵੇਰੇ ਕੌਣ ਆ ਗਿਆ? ਆ ਜਾ। ਸ਼ੁਕਰ ਹੈ ਯਾਰ, ਮੈਨੂੰ ਲੱਗਦਾ ਮੈਨੂੰ ਜੇਲ੍ਹ ਹੋਈ ਸੀ। ਹਾਂਜੀ ਹੁਣ ਦੱਸੋ ਖੈਰ ਨਾ ਇਹ ਤੋਂ। ਭਾਈ ਜਾਨ ਮੈਨੂੰ ਫੋਨ ਆਇਆ ਸੀ ਕਿ ਇੱਥੇ ਟੂਟੀ ਖਰਾਬ ਹੈ। ਅੱਛਾ 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 ਫੋਨ। ਬਸ ਬਸ ਇਹ ਵੇਖੋ ਇਹ ਟੂਟੀ ਲੱਗੀ ਹੈ। ਹਾਂਜੀ ਹਾਂਜੀ ਟੂਟੀ। ਮੈਂ ਕਦੋਂ ਕਿਹਾ ਜਨਾਬ ਵੱਡਾ ਪੰਪ ਲੱਗਿਆ, ਟੂਟੀ ਲੱਗੀ ਹੈ। ਟੂਟੀ ਲੱਗੀ ਔਰ ਮਾਮਾ ਸਹੁਰਾ ਲੱਗਾ? ਇਹਦੇ ਨੇੜੇ ਲੱਗ ਪੁੱਤਰ। ਨੇੜੇ ਲੱਗ ਜਾਂਦੇ ਆ ਜਨਾਬ, ਤੁਸੀਂ ਪਹਿਲੇ ਵੀ ਕਦੀ ਟੂਟੀ ਠੀਕ ਕੀਤੀ ਹੈ? ਹਾਂਜੀ ਪਹਿਲੇ ਕਦੀ ਇਹ ਕੰਮ ਕੀਤਾ? ਹੋਰ ਜਨਾਬ ਮੈਂ ਮੌਤ ਦੇ ਖੂਹ ਤੇ ਨੱਚਦਾ ਰਿਹਾ, ਮੈਂ ਇਹੀ ਕਰਨਾ। ਬੈਗ ਤੇ ਤੂੰ ਇਹੋ ਜਿਹੇ ਲਿਆਂਦਾ ਜਿਵੇਂ ਚੌਥੀ 'ਚ ਪੜ੍ਹਨਾ? ਇਹ ਕੀ ਕਾਪੀਆਂ ਕੱਢਣ ਲੱਗਾ? ਉਹ ਭਾਈ ਜਾਨ ਤੁਸੀਂ ਕੋਈ ਕੰਮ ਸ਼ੁਰੂ ਕਰਨ ਲੱਗੇ ਹੋ ਜਿਹੜਾ ਕਾਪੀਆਂ ਕੱਢਣ? ਤੇਰੇ ਵਰਗਾ ਨਲਾਇਕ ਸਟੂਡੈਂਟ ਕੋਲ ਸਿਰਫ ਕਾਪੀ ਹੁੰਦੀ ਹੈ, ਲਿਖਣ ਵਾਲੀ ਕੋਈ ਚੀਜ਼ ਨਹੀਂ ਹੁੰਦੀ। ਉਹ ਨਹੀਂ ਜਨਾਬ, ਤੁਹਾਨੂੰ ਮੈਂ ਦੱਸਣਾ ਸਾਰਾ ਸਾਡਾ ਇਹੀ ਕਾਰੋਬਾਰ ਹੈ। ਉਹ ਯਾਰ ਟੂਟੀ ਤਾਂ ਸਹੀ ਹੈ ਭਾਈ, ਕੀ ਕਰਨ ਦੇ? ਇਹ ਮੈਨੂੰ ਵੀ ਪਤਾ ਕਿ ਟੂਟੀ ਸਹੀ ਹੈ, ਮੈਂ ਪਾਗਲ ਹਾਂ। ਤੇ ਫਿਰ ਮੈਨੂੰ ਕਾਹਦੇ ਲਈ ਬੁਲਾਇਆ ਜਨਾਬ? ਹਾਂ ਯਾਦ ਆਇਆ ਤੈਨੂੰ ਕੱਲ੍ਹ ਹੀ ਬੁਲਾਇਆ ਸੀ। ਇਹ ਹੈਲੋ। ਹਾਂਜੀ ਪੜ ਲਿਆ। ਹੱਥ ਤੇ ਚੜਾਓ। ਹੱਥ ਤੇ ਚੜਾ ਲਿਆ। ਆਹ ਥੱਲੇ ਕੀ ਖਲੋਤਾ? ਲਿਖਾ ਭਰਾ ਖਲੋਤਾ। ਉਹ ਭਾਜੀ ਗਟਰ ਪਾਉਣ ਚ ਰੱਖ, ਤੇਰੇ ਅੱਗੇ ਕਿਉਂ ਖਲੋਤਾ? ਉਹ ਭਾਈ ਇਹਨੂੰ ਗਟਰ ਬੰਦ ਦੇ ਪਾਣੀ ਖਲੋਤਾ ਤੇ ਕੱਢੋ। ਪੜ ਭਾਈ ਕੀ ਤੂੰ ਮੈਨੂੰ ਗਟਰ ਕੱਢਣ ਵਾਲਾ ਤੈਨੂੰ ਮੈਂ ਲੱਗਣ ਡਿਆ? ਹੈ ਯਾਰ ਬੈਠ ਤੇ ਯਾਰ, ਤੈਨੂੰ ਤਮੀਜ਼ ਨਹੀਂ ਹੈਗੀ? ਪਾਣੀ ਕੱਢੇਗਾ ਤਾਂ ਪਲੰਬਰ ਆ ਭਾਈ ਜਾਨ। ਭਾਈ ਜਾਨ ਮੈਂ ਕੰਮ ਸਿੱਖਿਆ, ਮੈਂ ਫਜ਼ੂਲ 'ਚ ਨਹੀਂ ਆਇਆ। ਦੇਖੋ ਤੁਸੀਂ ਪਾਣੀ ਕੱਢੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਨਾ, ਅਗਲਾ ਖੋਲੋਗੇ ਤਾਂ ਪਤਾ ਲੱਗੇਗਾ। ਤੁਹਾਡੀ ਤਰਤੀਬ ਹੀ ਠੀਕ ਨਹੀਂ ਹੈਗੀ। ਕਿਹੜੀ ਜੀ ਤਰਤੀਬ? ਇਹਦੇ ਮੋਟਰ ਦੇ ਉੱਤੇ ਕਪੜਾ ਪਾਇਆ, ਮੋਟਰ ਕਿ ਤੁਹਾਡੀ ਧੀ ਤੇ ਆਣੀ ਹੈ ਯਾਰ। ਇਹ ਦੇਖੋ ਆ ਪੈਪ, ਇਹ ਪੈਪ ਹੀ ਇਹੀ ਹੈ ਭਾਈ ਜਾਨ, ਤੁਸੀਂ ਆਪਣੀਆਂ ਨਾੜਾਂ ਵੱਢ ਕੇ ਰੱਖੀਆਂ। ਹਾਂਜੀ ਇਹ ਦੇਖੋ ਜੀ ਵੀ ਤਾਰਾਂ, ਇਹ ਸੁੱਚ ਉੱਤੇ ਇਹ ਕਿਹੜਾ ਸੁੱਚ ਲੱਗੇ ਆ ਮੈਨੂੰ ਦੱਸੋ? ਓਏ ਸੁੱਚ ਸਮਝ ਕੇ ਫੜ ਉਹਨੂੰ। ਸੁੱਚ ਸਮਝ ਕੇ ਫੜਨ ਦੇ ਆ ਬੇਟੇ? ਕੱਲ ਇੱਕ ਬੰਦੇ ਨੇ ਦੋਵੇਂ ਉਂਗਲੀਆਂ ਆਪਣੀਆਂ ਦਿੱਤੀਆਂ ਤੇ ਬਚ ਗਿਆ। ਉਹ ਕਿਉਂ? ਲੋਡ ਸ਼ੇਡਿੰਗ। ਹਾਂ 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 ਟੂਟੀ ਜ਼ਰਾ ਚੈੱਕ ਕਰੋ ਪਲੀਜ਼। ਉਹ ਟੂਟੀ ਚੈੱਕ ਕਰ ਲਈ ਪਾਏ ਨੇ, ਠੀਕ ਹੈਗੀ ਹੈ। ਠੀਕ ਹੈਗੀ? ਹਾਂਜੀ ਹਾਂਜੀ ਤੇ ਪਾਣੀ ਕੱਢ ਹੀ ਦਿੰਦੇ, ਚਲੋ ਤੁਹਾਡਾ ਕੀ ਜਾਣਾ ਸੀ ਯਾਰ। ਭਾਈ ਜਾਨ ਇਹਦੇ ਵਾਸਤੇ ਤੁਸੀਂ ਗਟਰ ਸਾਫ਼ ਕਰਨ ਵਾਲੇ ਨੂੰ ਬੁਲਾਓ। ਤੁਸੀਂ ਆ ਗਏ, ਉਹਨੂੰ ਇੱਕੋ ਗੱਲ ਹੀ ਹੈ। ਭਾਈ ਜਾਨ ਬੜੀ ਮਿਹਰਬਾਨੀ, ਜਾਣ ਦਿਓ। ਚੱਲ ਆ ਫਿਰ ਤੈਨੂੰ ਮੈਂ ਅੰਦਰ ਟੂਟੀ ਵਿਖਾਉਣਾ। ਅੰਦਰ? ਆ ਚਲੋ ਯਾਰ ਅੰਦਰ ਜਾ ਕੇ ਦਿਖਾ ਲਓ ਯਾਰ। ਸਾਰੇ ਪਾਸੇ ਗ੍ਰਿਲ ਹੀ ਲਾਈਏ, ਇਹ ਤੁਹਾਡੀ ਫੈਮਿਲੀ ਰਹਿੰਦੀ ਕਿ ਇੱਥੇ ਬਾਂਦਰ ਰੱਖੇ ਆ? ਸੌ ਕੁੱਤਾ ਬਿੱਲਾ ਆਉਂਦਾ ਜਨਾਬ। ਅੱਛਾ ਅੱਛਾ ਮੇਰਾ ਮਤਲਬ ਕੁੱਤਾ ਬਿੱਲਾ ਮੋਟਰਸਾਈਕਲ ਠੀਕ ਕਰ ਲਓਗੇ? ਮੋਟਰਸਾਈਕਲ ਤਾਂ ਭਾਈ ਮੈਂ ਕਾਰੀਗਰ ਹੀ ਨਹੀਂ ਹੈਗਾ ਯਾਰ, 3 ਮਹੀਨੇ ਤੋਂ ਬੰਦ ਪਈ ਹੈ। ਮੈਂ ਕਿਹਾ ਸ਼ਾਇਦ ਲੋਕਾਂ ਨੇ ਸਿੱਖਿਆ ਹੁੰਦਾ। ਬੰਦ ਚੀਜ਼ਾਂ ਮੇਰੇ ਕੋਲ ਹੀ ਖੁਲਵਾਉਣਗੀਆਂ। ਮੋਟਰਸਾਈਕਲ ਠੀਕ ਕਰ ਰਹੇ ਨੇ, ਵਿੱਚੇ ਹੀ ਸਬਜ਼ੀ ਵੇਚ ਰਹੇ ਨੇ, ਵਿੱਚੇ ਡਾਕਟਰ ਦੀ ਦਵਾਈ ਵੀ ਦੇ ਰਹੇ, ਵਿੱਚੇ ਟੂਟੀਆਂ ਵੀ ਠੀਕ ਕਰ ਰਹੇ। ਉਹ ਭਾਈ ਨੇ ਜਿਹੜੇ ਕੰਮ ਯਾਰ ਮੈਂ ਆਇਆ ਮੇਰੇ ਕੋਲ ਤੁਹਾਡੇ ਕੰਮ ਹੀ ਆਇਆ ਮੈਂ ਐਵੇਂ ਯਾਰ। ਠਹਿਰੋ ਇਹ ਪੜੋ। ਹਾਂਜੀ ਇਹ ਪੜੋ। ਹਾਂਜੀ
चलो जरा सफाई करो पहले। यार तू ही इतने बहना ना, आहो तो तू साफ कर ले। हेलो हेलो टप चुक ਤੁਸੀਂ ਆਪਣੀਆਂ ਬਾਹਾਂ ਲਵਾ ਤੇ ਨਹੀਂ ਦਿੱਤੀਆਂ ਨਾਲ ਹੀ ਯਾਰ ਤੂੰ ਕੰਮ ਕਰਨਾ ਕਿ ਨਹੀਂ ਕਰਨਾ ਯਾਰ ਘਰ ਤੇ ਤੁਹਾਡਾ ਨਾ ਕੀ ਹੋ ਗਿਆ ਇਹ ਕਿਹਦਾ ਪਲਾਸ ਹੈ ਮੇਰਾ ਮੈਂ ਫੜਿਆ ਨਾ ਤੂੰ ਕੱਪ ਚੁੱਕ ਤੇ ਨਹੀਂ ਤੂੰ ਹੀ ਬਹਿਣਾ ਉੱਤੇ ਯਾਰ ਆ ਲਓ ਜੀ ਆਓ ਆ ਜੇ ਆ ਜੇ ਆਓ ਐ ਜੇ ਟੂਟੀ ਮਸਲਾ ਕੀ ਹੈ ਕਿਹਦਾ ਮਸਲਾ ਤੈਨੂੰ ਮਸਲਾ ਲੱਗਦਾ ਮੈਨੂੰ ਕੋਈ ਤੇਰੇ ਕਲੇਜੇ ਚ ਲੱਤ ਮਾਰਾਂ ਤੈਨੂੰ ਪਤਾ ਲੱਗੇ ਕੋਈ ਮਸਲਾ ਨਹੀਂ ਮੈਨੂੰ ਮੈਨੂੰ ਕਾਹਦਾ ਮਸਲਾ ਉਹ ਭਾਈ ਜਾਨ ਮੈਂ ਇਹ ਪੁੱਛਿਆ ਟੂਟੀ ਦਾ ਕੀ ਮਸਲਾ ਹੈ ਅੱਛਾ ਅੱਛਾ ਮੈਂ ਸਮਝਿਆ ਤੁਸੀਂ ਮੇਰਾ ਮਸਲਾ ਪੁੱਛ ਰਹੇ ਹੋ ਹਾਂ ਜੀ ਇਹ ਟੂਟੀ ਦਾ ਜੀ ਇੱਕ ਬਹੁਤ ਖਤਰਨਾਕ ਮਸਲਾ ਹੈ ਕੀ ਮਸਲਾ ਲੇਕਿਨ ਮੈਨੂੰ ਵਾਅਦਾ ਕਰੋ ਬਾਹਰ ਗੱਲ ਨਹੀਂ ਕਰੋਗੇ ਨਹੀਂ ਨਹੀਂ ਜਨਾਬ ਅਸੀਂ ਬਾਗਲਾ ਤੁਹਾਡੇ ਘਰ ਦੀ ਟੂਟੀ ਦਾ ਬਾਹਰ ਦੱਸੋ ਘਰ ਦੀ ਟੂਟੀ ਦਾ ਕੀ ਮਤਲਬ ਨਹੀਂ ਨਹੀਂ ਮੇਰੇ ਕਹਿਣ ਦਾ ਮਤਲਬ ਘਰ ਦੀ ਗੱਲ ਬਾਹਰ ਕਾਹਦੇ ਲਈ ਕਰਨੀ ਹੈ ਇਹਦਾ ਭਾਈ ਜਾਨ ਇੱਕ ਬਹੁਤ ਵੱਡਾ ਮਸਲਾ ਕੀ ਮਸਲਾ ਜਨਾਬ ਇਹ ਜਦੋਂ ਟੂਟੀ ਖੋਲੀ ਦੀ ਹੈ ਨਾ ਹਾਂ ਹਾਂ ਵਿੱਚੋਂ ਬਾੜੀ ਆਉਣ ਲੱਗ ਪੈਂਦੀ ਹੋਰ ਕੀ ਹੁਣ ਜੂਸ ਆਉਣ ਲੱਗ ਜਾਵੇ ਜਾਂ ਤੇਜ਼ਾਬ ਆਉਣ ਲੱਗ ਜਾਵੇ ਮੇਰਾ ਮਤਲਬ ਕਿ ਪਾਣੀ ਆਣਾ ਇਹਦਾ ਇੱਕ ਹੱਲ ਹੈ ਜੀ ਉਹ ਕੀ ਤੁਸੀਂ ਟੂਟੀ ਖੋਲਿਆ ਹੀ ਨਾ ਕਰੋ ਮਾਰੇ ਬੰਦਾ ਪੁੱਠੇ ਹੱਥ ਦੇ ਤੇਰੇ ਥੱਪੜ ਕਮੀਜ਼ ਤੈਨੂੰ ਹੈ ਤੂੰ ਕਾਹਦਾ ਪਲੰਬਰ ਹੈ ਟੂਟੀ ਖੁੱਲੀ ਹੋਵੇ ਤੇ ਪਾਣੀ ਨਾ ਆਵੇ ਬੰਦ ਕਰ ਦੋ ਪਾਣੀ ਆਵੇ ਇਹ ਵੇ ਕੰਮ ਯਾਰ ਏਡਾ ਜਾਦੂ ਵਾਲਾ ਪਲੰਬਰ ਮੈਂ ਨਹੀਂ ਕਦੀ ਦੇਖਿਆ ਟੂਟੀ ਖੋਲ ਤੇਰਾ ਹਾਂਜੀ ਇਹ ਕੀ ਆਇਆ ਪਾਣੀ ਆਇਆ ਦੇਖ ਠੰਡਾ ਗਰਮ ਬਹੁਤ ਠੰਡਾ ਯਾਰ ਤੇਰੇ ਨਾਲ ਜ਼ਰਾ ਮੂੰਹ ਤੇ ਮਾਰ ਦੇਣਾ ਇਹ ਐਲੋ ਇਹ ਐਲੋ ਜਨਾਬ ਕੱਪੜਾ ਦੇਣਾ ਤੌਲੀਆ ਉਹ ਪਿਆ ਤੌਲੀਆ ਤੇਰਾ ਯਾਰ ਕੀ ਮਸਲਾ ਕੀ ਹੈ ਭਾਈ ਤੁਹਾਡਾ ਟੂਟੀ ਵੀ ਸਾਰੀ ਸਹੀ ਹੈ ਯਾਰ ਤੂੰ ਤੌਲੀਆ ਮੰਗਿਆ ਤੈਨੂੰ ਫਰੈਸ਼ ਤੌਲੀਆ ਦਿੱਤਾ ਯਾਰ ਫਰੈਸ਼ ਹੈਗਾ ਯਾਰ ਚੰਗਾ ਭਲਾ ਫਰੈਸ਼ ਹੈ ਭਾਈ ਜਾਨ ਤਿੰਨ ਦਿਨ ਤੋਂ ਇੱਥੇ ਪਿਆ ਫਰੈਸ਼ ਹੀ ਹੈ ਨਾ ਆ ਫਰੈਸ਼ ਹੈ ਹਾਂ ਇਹ ਫਰੈਸ਼ ਹੈ ਹਾਂ ਇਹ ਫਰੈਸ਼ ਹੈ ਆਹੋ ਫਰੈਸ਼ ਹੀ ਹੈ ਤੇ ਫਿਰ ਇਹਦੇ ਨਾਲ ਤੁਸੀਂ ਮੂੰਹ ਸਾਫ਼ ਕਰ ਲਓ ਮੈਨੂੰ ਦੂਜਾ ਲਿਆ ਦਿਓ ਇਹ ਵੇਖ ਕਿੰਨਾ ਫਰੈਸ਼ ਇਹਦੇ ਵਿੱਚੋਂ ਵੇਖ ਮੈਂ ਕਹਿੰਦਾ ਕਿਆ ਬਾਤ ਹੈ ਸਾਰਾ ਕੁਛ ਨਜ਼ਰ ਆਉਣ ਡਿਆ ਭਾਈ ਜਾਨ ਤੁਸੀਂ ਹੋਰ ਕਾਰੀਗਰ ਬੁਲਾ ਲਓ ਯਾਰ ਮੈਂ ਤੈਨੂੰ ਇਹ ਦੱਸ ਰਿਹਾ ਤੂੰ ਇੰਨਾ ਤਾਵਾ ਕਿਉਂ ਜਾਣਾ ਮੇਰੇ ਭਰਾਵਾ ਆ ਤਨ ਮੈਂ ਸਹੀ ਟੂਟੀ ਵਾਵਾ ਉਹ ਯਾਰ ਸਹੀ ਟੂਟੀ ਐਸ ਇਹ ਵੀ ਟੂਟੀ ਉਹ ਵੀ ਸਹੀ ਟੂਟੀ ਮੈਨੂੰ ਯਾਦ ਆਇਆ ਕਿ ਉੱਤੇ ਖਰਾਬ ਸੀ ਕੀ ਮੁਸੀਬਤ ਹੈ ਟੂਟੀ ਨਾ ਮੇਰੇ ਅੱਗੇ ਬਹੁਤ ਵੇਰਦੀ ਹੈ ਹਨਾ ਕਿਹੜੀਆਂ ਗੰਦੀਆਂ ਜਗ੍ਹਾ 'ਚ ਮੈਨੂੰ ਲਈ ਜਾ ਰਹੇ ਨਹੀਂ ਹੁਣ ਤੇਰੇ ਲਈ ਤਾਜ ਮਹਿਲ ਪਹਿਲੇ ਪਵਾਵਾਂ ਤਾਂ ਕਿ ਤੂੰ ਉੱਥੇ ਜਾ ਕੇ ਟੂਟੀਆਂ ਠੀਕ ਕਰ ਚਲਿਆ ਆ ਟੂਟੀ ਨਾ ਨਾ ਖਰਾਬ ਹੋਈ ਹਾਂ ਜਾ ਕੋਠੀ ਛੱਡ ਦੇ ਮੇਰਾ ਖਿਆਲ ਹੈ ਤੂੰ ਦੁਨੀਆ ਹੀ ਛੱਡ ਜਾਂਦੇ ਤੂੰ ਦਿਲ ਛੱਡ ਗਿਆ ਮੈਂ ਤੁਹਾਨੂੰ ਸਹੀ ਦੱਸ ਮੈਂ ਤੇਰੇ ਇੱਕ ਛੱਡਣੇ ਨਹੀਂ ਦੇਣਾ ਚੈੱਕ ਕਰ ਮਾਫੀ ਦੇ ਦੇਣਾ ਅੱਛਾ ਜੀ ਐ ਉਹ ਵੀ ਖੋਲ ਐ ਐ ਖਰਾਬ ਜੀ ਮੁਬਾਰਕ ਹੋਵੇ ਕੀ ਜੀ ਇਹ ਵੀ ਖਰਾਬ ਨੇ ਕਿਉਂ ਥੱਲਿਓਂ ਬੰਦ ਕੀਤਾ ਭਾਈ ਜਾਨ ਕਿਤੇ ਉੱਤੇ ਖਰਾਬ ਮੈਨੂੰ ਯਾਦ ਆ ਗਿਆ ਤੇ ਭਾਈ ਜਾਨ ਤੁਸੀਂ ਮੈਨੂੰ ਇਹ ਦੱਸੋ ਮੈਨੂੰ ਆਪਣੇ ਆਪ ਨੂੰ ਟਕਰਾ ਮਾਰਨ ਲਈ ਬੁਲਾਇਆ ਜੀ ਐ ਸ਼ਾਵਰ ਚੈੱਕ ਇਹ ਖਰਾਬ ਹੈ ਨਹੀਂ ਨਵਾਂ ਲਵਾਇਆ ਤੈਨ ਚੈੱਕ ਕਰਾ ਰਹੇ ਕਿ ਅੱਛਾ ਚੈੱਕ ਯਾਰ ਭਾਈ ਮੇਰਾ ਟਾਈਮ ਨਾ ਜ਼ਾਇਆ ਕਰ ਤੇਰੀ ਬੜੀ ਮਿਹਰਬਾਨੀ ਹੈ ਯਾਰ ਯਾਰ ਉਹ ਟੂਟੀ ਵੇਖੇਗਾ ਤਾਂ ਫੇਰ ਇਹ ਟੂਟੀ ਹੁਣ ਮੈਂ ਦੇਖ ਲੈਣਾ ਯਾਰ ਇਹ ਹਲ ਉਹ ਸਹੀ ਚੱਲਣ ਡਈ ਹੈ ਯਾਰ ਇਹ ਵੀ ਪਾਣੀ ਆ ਰਿਹਾ ਆਹੋ ਤੇ ਤੇਰੀ ਕਿਸਮਤ ਖਰਾਬ ਕਿਉਂ ਤੇਰੀ ਪਿਆੜੀ ਖਰਾਬ ਕਿਉਂ ਤੇਰਾ ਮੂੰਹ ਖਰਾਬ ਆਮਤ ਭਾਈ ਮੇਰਾ ਮੂੰਹ ਖਰਾਬ ਸਾਰਾ ਕੁਝ ਖਰਾਬ ਕਰਦੇ ਟੂਟੀ ਖਰਾਬ ਕੱਢਦੇ ਆ ਜਾ ਆ ਜਾ ਇਹ ਕਿਚਨ ਹੈ ਮੇਰਾ ਆਹਾ ਕੀ ਖੁਸ਼ਬੂ ਆਈ ਹੈ ਖੁਸ਼ਬੂ ਆ ਰਹੀ ਹੈ ਨਾ ਹਾਂਜੀ ਹਾਂਜੀ ਇੱਧਰ ਨਹੀਂ ਤੂੰ ਜਾਣਾ ਹੋਰ ਟੁੱਟੀ ਆ ਮੈਨੂੰ ਪੁੱਤਰ ਅੱਛਾ 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 ਖੋਲੋ ਲਓ ਜੀ ਇਹ ਖਰਾਬ ਹੈ ਮੁਬਾਰਕ ਹੋਵੇ ਕਿਉਂ ਮੌਸਮ ਕਿਹੜਾ ਜਾ ਰਿਹਾ ਸਰਦੀ ਦਾ ਸੱਜੇ ਪਾਸਿਓਂ ਕੀ ਆਉਂਦਾ ਠੰਡਾ ਪਾਣੀ ਤੇ ਖੱਬੇ ਪਾਸਿਓਂ ਗਰਮ ਪਾਣੀ ਆ ਰਿਹਾ ਇਹ ਵੀ ਠੀਕ ਹੈ ਇਹ ਵੀ ਠੀਕ ਹੈ ਤੇ ਖਰਾਬ ਕੀ ਹੈ ਤੇਰਾ ਨਸੀਬ ਮੇਰਾ ਨਸੀਬ ਮੈਨੂੰ ਲੱਗਦਾ ਮੈਂ ਤੇਰਾ ਸਿਰ ਪਾੜ ਦੇਣਾ ਇੱਕ ਇੱਕ ਟੂਟੀ ਮੈਨੂੰ ਵਿਖਾਤੀ ਸਾਰੀਆਂ ਟੂਟੀਆਂ ਸਹੀ ਨੇ ਲੈ ਮੇਰੇ ਭਰਾਵਾ ਕਾਰ ਚ ਇੱਕ ਟੂਟੀ ਖਰਾਬ ਹੈ ਜਿਹਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਉਹ ਲੁਕ ਲੁਕ ਕੇ ਥੱਕ ਗਈ ਹੈ ਤੇ ਮੈਂ ਉਹਨੂੰ ਲੱਭ ਲੱਭ ਕੇ ਥੱਕ ਗਿਆ ਜ਼ਰੂਰ ਲੱਭਾਂ ਗਿਆ ਹਾਂ ਲੱਭ ਲਏਗਾ ਤੂੰ ਏਡਾ ਤੂੰ ਜੇਮਸ ਬੌਂਡ ਦਾ ਖੋਤਾ ਉੱਧਰ ਚੱਲ ਚੱਲ ਉੱਧਰ ਲੱਭ ਕੇ ਵਿਖਾ ਮੈਨੂੰ ਉਹ ਟੂਟੀ ਓਏ ਉਹ ਖੁਦਾ ਦਾ ਵਾਸਤਾ ਹੀ ਉਹ ਪੰਜ ਮੰਜ਼ਲਾਂ ਮੈਨੂੰ ਫੜਾ ਦਿੱਤੀ ਉਹ ਮੇਰੀ ਮਾਤਾ ਘਬਰਾ ਆਏ ਗਏ
ਸਿਰਫ 70 ਪੌੜੀਆਂ ਤੇ ਰਹਿ ਗਈਆਂ। ਹਾਂ ਨਹੀਂ ਯਾਰ ਤੂੰ ਹੋਰ ਕਹਿ ਰਿਹਾ 70 ਪੌੜੀ ਨਹੀਂ ਯਾਰ ਮੈਂ ਉਹ ਕਹਿ ਰਿਹਾ ਜਿਹੜੀਆਂ 70 ਪੌੜੀਆਂ ਤੂੰ ਚੜ੍ਹਾ ਹੈ ਹੁਣ ਰਹਿ ਗਈਆਂ ਗਈਆਂ ਨੇ ਮੈਨੂੰ ਤਾਂ ਸਮਝ ਨਹੀਂ ਆਉਣ ਡਈ ਉਹ ਤੂੰ 5 ਮੰਜ਼ਲਾਂ ਵਿਖਾਤੀਆਂ ਨੇ ਟੂਟੀ ਤੇਰੀ ਇੱਕ ਵੀ ਖਰਾਬ ਨਹੀਂ ਯਾਰ ਮੈਨੂੰ ਲੱਗਦਾ ਟੂਟੀ ਖਰਾਬ ਨਹੀਂ ਹੋਣੀ ਮੈਂ ਖਰਾਬ ਹੋ ਜਾਣੀ ਕਿੰਨੀਆਂ ਮੰਜ਼ਲਾਂ ਕੀਤੀਆਂ ਤਾਂ 5 ਤੇਰੀ ਮੰਜ਼ਲ ਕੋਈ ਹੋਰ ਹੈ ਆ ਮੈਂ ਤੈਨੂੰ ਵਾਹਵਾ ਕਿਹੜੀ ਮੰਜ਼ਲ ਤੇ ਟੂਟੀ ਖਰਾਬ ਉਹ ਮੈਨੂੰ ਕਿਹੜੀ ਹੌਸਲਾ ਹੌਸਲਾ ਚੁੱਕ ਕੇ ਲਿਜਾ ਸਕਦੇ ਨਹੀਂ ਪੈਸੇ ਪੈਸੇ ਬਿਜਲੀ ਦਾ ਬਿੱਲ ਟੂਟੀ ਟੂਟੀ ਓਏ ਕਵਾ ਪਿਆਸਾ ਰਹਿ ਗਿਆ ਸੀ ਕੋਲ ਆ ਕੇ ਓ ਸ਼ੈਤਾਨ ਦੀ ਟੂਟੀ ਠੀਕ ਕਰਾ ਲੈ ਮੇਰੇ ਕੋਲ ਆ ਵੀ ਕਰਾ ਓ ਤੇਰੀ ਮਿਹਰਬਾਨੀ ਓਏ ਚੱਲ ਮੈਂ ਤਾਂ ਆ ਜਾ ਆ ਆਏ ਆਪਣਾ ਮੈਟਰੋ ਬੱਸ ਇੱਥੋਂ ਹੀ ਲੰਘਣੀ ਹੈ ਸੀਟਾਂ ਤੇ ਉਹੀ ਰੱਖੀਆਂ ਪਰਲੀ ਸੀਟ ਤੇ ਉਪਰਲੀ ਤੇ ਹਾਂ ਬਹੁਤ ਥੱਕ ਗਿਆ ਯਾਰ ਥੱਕ ਮੈਂ ਵੀ ਬੜਾ ਗਿਆ ਯਾਰ ਅੱਲਾ ਤੇਰੀ ਜ਼ਿੰਦਗੀ ਕਰੇ ਆਏ ਲਓ ਜੀ ਰਿਜ਼ਕ ਤੇ ਨਹੀਂ ਲੱਭਿਆ ਔਲਾਦ ਲੱਭ ਗਈ ਹੈ ਸਿਆਣਿਆਂ ਨੇ ਸਹੀ ਕਿਹਾ ਗੰਦੀ ਔਲਾਦ ਨਾ ਮਜ਼ਾ ਨਾ ਸਵਾਦ ਤੂੰ ਗੰਦੀ ਔਲਾਦ ਕਿਹਾ ਹੋਰ ਤੈਨੂੰ ਕਿ ਮੈਂ ਧੋ ਕੇ ਜੰਮੇ ਆ ਯਾਰ ਤੇਰੀ ਇੱਕ ਮੈਂ ਤੇਰਾ ਸ਼ੁਕਰਗੁਜ਼ਾਰ ਆ ਕਿ ਪਿਛਲੇ 2 ਸਾਲਾਂ ਤੋਂ ਮੈਂ ਛੱਤ ਤੇ ਨਹੀਂ ਸੀ ਆਇਆ ਅੱਛਾ ਤੂੰ ਵਾਹਦ ਮੰਨਾ ਮੈਨੂੰ ਛੱਤ ਤੇ ਲੈ ਉਹ ਤੇ ਟੂਟੀ ਤੇ ਦਿਖਾ ਮੁਬਾਰਕ ਹੋਵੇ ਕੀ ਮੈਨੂੰ ਤਾਂ ਮੁੜ ਯਾਦ ਆਇਆ ਛੱਤ ਤੇ ਆ ਕੇ 70 ਪੌੜੀਆਂ ਚੜਾ ਕੇ ਛੱਤ ਤੇ ਤਾਂ ਟੁੱਟੀ ਹੈ ਹੀ ਕੋਈ ਉਹ ਤੇਰੀ ਓ ਉਹ ਤੂੰ ਮੈਨੂੰ ਜੇ ਨਹੀਂ ਸੀ ਟੂਟੀ ਕੋਈ ਖਰਾਬ ਉਹ ਮੈਨੂੰ ਫੋਨ ਕਾਹਦੇ ਲਈ ਕੀਤਾ ਮੈਂ ਤੈਨੂੰ ਫੋਨ ਕੀਤਾ ਹਾਂ ਮੈਂ ਕਦੋਂ ਤੈਨੂੰ ਫੋਨ ਕੀਤਾ ਓ ਤੂੰ ਹੀ ਤਾਂ ਮੈਨੂੰ ਫੋਨ ਕੀਤਾ ਕਿਨੇ ਫੋਨ ਕੀਤਾ ਤੈਨੂੰ ਪਰ ਜੇ ਤੂੰ ਨਹੀਂ ਬੁਲਾਇਆ ਤਾਂ ਮੈਨੂੰ ਉਦੋਂ ਦਾ ਕਾਹਦੇ ਲਈ ਪੂਰੇ ਘਰ 'ਚ ਖੱਜਲ ਕਰੀ ਜਾ ਰਿਹਾ ਉੱਤੋਂ ਤੈਨੂੰ ਇਹ ਨਹੀਂ ਪਤਾ ਕਿ ਘਰ ਦੀ ਟੂਟੀ ਕਿਹੜੀ ਖਰਾਬ ਹੈ ਓ ਤੂੰ ਕਾਹਦਾ ਘਰ ਦਾ ਮਾਲਕ ਹੈ ਮੁਬਾਰਕ ਹੋਵੇ ਮੈਂ ਘਰ ਦਾ ਮਾਲਕ ਹੈ ਹੀ ਨਹੀਂ ਮੈਂ ਘਰ ਦਾ ਨੌਕਰ ਆ ਘਰ ਦਾ ਨੌਕਰ ਤੇ ਆ ਕੋਟ ਕਿਹਦਾ ਪਾਇਆ ਹੀ ਕੱਪੜੇ ਏਡੇ ਸੁਣ ਕਿਹਦੇ ਪਾਏ ਨੇ ਬੂਟ ਤੋਂ ਲੈ ਕੇ ਹਾਂ ਕੱਪੜੇ ਤੱਕ ਸਾਰੇ ਮਾਲਕਾਂ ਦੇ ਨੇ ਮੇਰਾ ਮੂੰਹ ਆਪਣਾ ਹੈ ਹਾਂਜੀ ਕੀ ਮਤਲਬ ਦਰਅਸਲ ਇਹ ਹੁੰਦਾ ਹੈ ਕਿ 10 ਮਹੀਨੇ ਮੇਰੇ ਮਾਲਕ ਹੁੰਦੇ ਨੇ ਮੁਲਕੋਂ ਬਾਹਰ 2 ਮਹੀਨੇ ਲਈ ਇੱਥੇ ਆਉਂਦੇ ਨੇ 10 ਮਹੀਨੇ ਮੈਂ ਹੀ ਮਾਲਕ ਹੁੰਦਾ ਤੇ ਕੱਪੜਿਆਂ ਦਾ ਵੀ ਔਰ ਗੱਡੀ ਦਾ ਵੀ ਸਾਰੇ ਕੋਠੀ ਦਾ ਵਾਹ ਮੇਰੇ ਮਾਲਕਾ ਇਹ ਹੀ ਸੁਣਿਆ ਸੀ ਕਿ ਮਾਲਕ ਘਰ ਦੇ ਵਿੱਚ ਕੁੱਤਾ ਰੱਖਦੇ ਨੇ ਪਰ ਮੁਲਾਜ਼ਮ ਪਹਿਲੀ ਵਾਰੀ ਵੇਖਿਆ ਤੂੰ ਉਹਨਾਂ ਨੂੰ ਮਿਲਿਆ ਹੀ ਨਹੀਂ ਮੇਰਾ ਮਤਲਬ ਹੈ ਯਾਰ ਮੈਂ ਹੋ ਰਿਹਾ ਸੀ ਬੋਰ ਤੇ ਮੈਂ ਕਿਹਾ ਚਲੋ ਤੂੰ ਆਇਆ ਤੇ 2-2.5 ਘੰਟੇ ਏਡੇ ਸੋਹਣੇ ਮੇਰੇ ਨਾਂਗੇ ਨੇ ਮੇਰੇ ਸ਼ਹਿਜ਼ਾਦੇ ਤੇਰੀ ਮਿਹਰਬਾਨੀ ਮੈਂ ਤੇਰਾ ਬਹੁਤ ਮਸ਼ਕੂਰ ਹਾਂ ਯਾਰ ਓਏ ਤੂੰ ਮੇਰਾ ਮਸ਼ਕੂਰ ਮੇਰੀ ਜ਼ਿੰਦਗੀ ਬਰਬਾਦ ਮੇਰੀ ਦਿਹਾੜੀ ਬਰਬਾਦ ਕਰ ਦਿੱਤੀ ਓਏ ਮੈਂ ਤੈਨੂੰ ਛੱਡਾਂਗਾ ਨਹੀਂ ਇੱਧਰ ਆ